दिमाग के लिए भी बहुत बढ़िया है, मेमोरी के लिए सब कुछ ठंडा रहता है दिमाग। इससे जब साइंस आ गई ना तो लोग ने पिछली सभी चीज़ें भूल गए, साइंस को मानने लगे। अभी साइंस वही प्रूव कर रही है जो बड़े करते थे कि वो बढ़िया करते थे। ये मैं बोल रहा था कि ये बॉडी के लिए तो है ही बढ़िया, दिमाग के लिए भी बहुत बढ़िया, मेमोरी के लिए सब कुछ ठंडा रहता है दिमाग। इससे जैसे होता है ना गर्म हो जाता है बॉडी, दिमाग ठंडा रहता है इससे। और इम्यूनिटी के लिए भी बहुत बढ़िया। इसमें डाला मैंने खसखस, पॉपी सीड बोलते, चार मगज पम्पकिन सीड है गैस, इलायची उसको पता नहीं क्या बोलते हैं, ब्लैक पेपर डाली और बादाम डाले। इसको तब तक करना है जब तक इधर जब तक पेस्ट ना बन जाए प्रॉपर एकदम पतला। तो अभी इसको इसके बीच में डाल के तो पानी से निकालूंगा, वो मैं अभी आपको बताता हूँ। जैसे अभी तो खांस नहीं रहा, ऐसे अगर मुझे खांसी आए तो वो बैक्टीरिया बीच में ना जाए, इसलिए इसको पहन कर रखते हैं। पूछ रहा था ना तू कि क्यों, अगर तूने पीना हो और मैं ऊपर खांस दूँ, राइट? ये जो आमंड मिल्क तुम बाहर से नहीं लेके पीते पैसे का, फ्रेश बन रहा भाई हाथ से। ਅੰਬ ਬਣਾਉਂਦਾ ਆਪਣਾ ਪ੍ਰੀ ਵਰਕਆਊਟ ਮੋਸਟਲੀ ਅਰਾਊਂਡ ਇੱਕ ਡੇਢ ਘੰਟਾ ਪਹਿਲੇ। ਮੈਨੂੰ ਛੱਕ ਲੈਣਾ ਦੇਖ ਤਿਆਰ ਕਰੀ ਦੀ ਮਹਾਰਾਜ ਦੀ, ਅਤੇ ਤੁਹਾਨੂੰ ਮੈਂ ਦੱਸ ਦਿੱਤਾ ਜੀ ਕੀ ਪੈਂਦਾ। ਅਤੇ ਮਿੱਠੇ ਲਈ ਮੋਸਟਲੀ ਸ਼ੂਗਰ ਪਾਉਂਦੇ, ਪਰ ਮੈਂ ਔਰਗੈਨਿਕ ਮੇਪਲ ਸਿਰਪ ਤੁਹਾਨੂੰ ਪਤਾ ਹੀ ਹੈ, ਜਾਂ ਮੈਂ ਹਨੀ ਪਾ ਲੈਣਾ। ਮੇਪਲ ਸਿਰਪ ਤਾਂ ਪਾਉਣਾ ਕਿ ਜਲਦੀ ਮਿਕਸ ਹੋ ਜਾਂਦਾ, ਵੈਸੇ ਵੀ ਲਿਟਰ ਬੈਟਰ ਦੈਨ ਹਨੀ, ਦੈਟਸ ਇਟ। सच का भी जाना मैंने, सच का भी जाना तूने, इतनी जल्दी? लेट्स गो।
A few moments later. Okay, so guys, done with the workout. ਭੁੱਖ ਲੱਗ ਗਈ। ਯੂਜੁਅਲ ਸਪੋਟ ਤਾਂ ਆਏ ਆ ਮੇਰੀ ਜਿੱਥੋਂ ਮੈਨੂੰ ਇੰਡੀਅਨ ਫੂਡ ਖਾਣ ਦਾ ਮਨ ਕਰਦਾ। ਮੋਸਟਲੀ ਮੈਂ ਡਾਇਟ 'ਤੇ ਹੀ ਹੁੰਦਾ, ਪਰ ਕਦੇ ਕਦੇ ਮੇਰਾ ਹੀ ਮਨ ਕਰਦਾ ਕਿ ਮੈਂ ਵੀ ਕੁਛ ਵਧੀਆ ਖਾਵਾਂ, ਸਵਾਦਿਸ਼ ਖਾਵਾਂ, ਕੋਈ ਵੀ ਮੈਨੂੰ ਥਾਲੀ 'ਚ ਪਰੋਸ ਕੇ ਦੇ। ਅਤੇ ਮੈਂ ਆਹ ਜਗ੍ਹਾ 'ਤੇ ਆਉਂਦਾ ਅਤੇ ਤੁਹਾਨੂੰ ਮੈਂ ਦੱਸਣਾ ਕਿ ਮੈਂ ਬਾਹਰ ਆਉਂਦਾ ਜਦੋਂ ਮੈਂ ਇੰਡੀਅਨ ਫੂਡ ਖਾਣ 'ਤੇ ਮਨ ਕਰਦਾ ਅਤੇ ਵੱਟ ਡੂ ਆਈ ਈਟ। ਆਈ ਡੋਂਟ ਈਟ ਬਟਰ ਚਿਕਨ ਦਿਸ ਐਂਡ ਦੈਟ। ਮੈਂ ਤੁਹਾਨੂੰ ਸਾਰਾ ਦੱਸਦਾ ਕਿ ਮੈਂ ਕਿੱਦਾਂ ਆਪਣਾ ਫੂਡ ਪ੍ਰਪੇਅਰ ਕਰਵਾਉਂਦਾ ਅਤੇ ਮੈਂ ਕੀ ਖਾਣਾ। ਆਲਰਾਈਟ, ਲੈਟਸ ਗੋ। ਆ ਜਾਓ, ਠੀਕ ਹੈ। ਤੋ ਇਹ ਮੇਰੀ ਜਗ੍ਹਾ ਹੈ, ਇੱਥੇ ਸਾਰੇ ਜਾਣਦੇ ਨੇ। ਕੁਆਲਿਟੀ ਵਧੀਆ ਹੋਏ ਨਾ ਉੱਥੇ ਬੰਦਾ ਬਾਰ ਬਾਰ ਜਾਂਦਾ। ਇੱਕ ਵਾਰ ਤੁਹਾਨੂੰ ਮਾੜੀ ਕੁਆਲਿਟੀ ਮਿਲ ਜਾਏ ਤੁਸੀਂ ਵਾਪਸ ਨਹੀਂ ਆਓਗੇ। ਇੱਥੇ ਤਾਂ ਮੇਰਾ ਆਈ ਥਿੰਕ ਹਫ਼ਤੇ 'ਚ 2 ਕੁ ਮੀਲਸ ਐਟਲੀਸਟ ਮੇਰੀਆਂ ਤੋਂ ਹੋ ਹੀ ਜਾਂਦੀਆਂ, ਕਿਉਂਕਿ ਮਨ ਕਰਦਾ ਬਰੋ। ਇੰਡੀਅਨ ਫੂਡ ਖਾਧਾ, ਸ਼ੁਰੂ ਤੋਂ ਹੀ ਖਾਧਾ, ਪੰਜਾਬੀ ਰੋਟੀ ਖਾਧੀ ਇੰਨੇ ਸਾਲਾਂ ਤੋਂ, ਅਤੇ ਉਹ ਯਕਦਮ ਛੱਡੀ ਨਹੀਂ ਜਾਂਦੀ। ਉਹ ਜਿਹੜੇ ਗੱਟ ਬੈਕਟੀਰੀਆ ਐਕਟਿਵ ਹੋ ਜਾਂਦੇ ਉਹ ਸਮੈਲ ਕਰਕੇ, ਫਿਰ ਇੱਥੇ ਆਈਦਾ। ਘਰ ਵਾਲੀ ਫੀਲਿੰਗ ਆਉਂਦੀ ਇੱਥੇ ਆ ਕੇ, ਘਰ ਨਹੀਂ ਬੈਠੇ ਹੁੰਦੇ। ਹਾਂਜੀ ਹਾਂਜੀ, ਹਮਨੇ ਪੀਣਾ, ਹਮ ਪੀਏਂਗੇ। ਅਭੀ ਵਰਕਆਊਟ ਲਗਾ ਕੇ ਆਏ ਨਾ, ਤੋ ਵੋ ਇਲੈਕਟ੍ਰੋਲਾਈਟਸ ਵਾਪਸ ਲੈ ਕੇ ਆਏਂਗੇ। ਨਿੰਬੂ ਔਰ ਹਿਮਾਲੀਅਨ ਪਿੰਕ ਸੋਲਟ ਔਰ ਥੋੜ੍ਹਾ ਸਾ ਉਸਮੇ ਡਾਲੇਂਗੇ ਹਮ ਮੀਠਾ। ਤੋ ਉਸੇ ਕਿਆ ਹੋਗਾ, ਹਮੇ ਥੋੜ੍ਹੇ ਯੂ ਨੋ ਪੋਸਟ ਵਰਕਆਊਟ ਡੀਟੋਕਸ ਵੀ ਹੋ ਜਾਏਗਾ, ਨਿੰਬੂ ਸੇ ਬੜੀਆ ਹੋ ਜਾਤਾ ਹੈ। ਔਰ ਮੀਠੇ ਕੀ ਜਗ੍ਹਾ ਹਮ ਡਾਲੇਂਗੇ ਹਨੀ, ਜੈਸੇ ਕਿ ਆਪਕੋ ਮਾਲੂਮ ਹੈ ਮੈਂ ਹਨੀ ਪੀਤਾ ਹੂੰ। ਔਰ ਉਸਕੇ ਅੰਦਰ ਡਾਲੇਂਗੇ ਹਿਮਾਲੀਅਨ ਪਿੰਕ ਸੋਲਟ ਔਰ ਉਸਕੇ ਅੰਦਰ ਹਮ ਡਾਲੇਂਗੇ ਥੋੜ੍ਹੀ ਸੀ ਕਾਲੀ ਮਿਰਚ। ਤੋ ਇਹ ਮੇਰਾ ਇਹ ਫਾਰਮੂਲਾ ਪੋਸਟ ਵਰਕਆਊਟ। ਪ੍ਰੋਟੀਨ ਮੈਂ ਪੀ ਲਈ ਵਰਕਆਊਟ ਕਰਕੇ, ਔਰ ਉਸਕੇ ਅਰਾਊਂਡ ਨਹਾਣੇ ਨੂੰ ਹੋਣੇ ਕੇ ਬਾਅਦ ਅਰਾਊਂਡ 25 ਮਿੰਟ ਮੁਝੇ ਹੋ ਗਏ, ਤੋ ਅਭੀ ਟਾਈਮ ਹੋ ਗਿਆ। ਤੋ ਅਭੀ ਇਹ ਯੂ ਨੋ ਹਿਮਾਲੀਅਨ ਪਿੰਕ ਸੋਲਟ, ਨਿੰਬੂ, ਪਾਣੀ ਔਰ 2 ਚਮਚ ਹਨੀ, ਦੈਟਸ ਇਟ। ਬਚਪਨ ਵਾਲੀ ਫੀਲ ਆ ਜਾਂਦੀ ਯਾਰ ਪੀ ਕੇ ਨਾ, ਜਦ ਠੰਡ ਜਿੱਦਾਂ ਹੁੰਦਾ ਨਾ, ਖੇਡ ਕੇ ਆਈਦਾ ਹੁੰਦਾ ਸੀ, ਕ੍ਰਿਕਟ ਖੇਡ ਕੇ ਆਈਦਾ ਹੁੰਦਾ ਸੀ, ਗਰਮੀ 'ਚੋਂ ਖੇਡ ਕੇ ਆਉਣਾ, ਘਰ ਪਹੁੰਚਣਾ ਅਤੇ ਮੰਮੀ ਨੇ ਨਿੰਬੂ ਪਾਣੀ ਬਣਾਇਆ ਹੋਣਾ ਹੋਏ ਹੋਏ, ਜਾਂ ਰੂਹ ਅਫਜ਼ਾ ਹੁੰਦਾ ਸੀ। ਕਬੀਰ ਤੁਹਾਨੂੰ ਪੀਆ ਰੂਹ ਅਫਜ਼ਾ ਇੰਡੀਆ ਮੈਂ ਯਾਰ, ਉਸਕੇ ਲਈ ਛੁੱਟੀ ਕਾ ਮਜ਼ਾ ਆਤਾ, ਛੁੱਟੀ ਹੋ ਰਹੀ ਹੈ, ਰੂਹ ਅਫਜ਼ਾ ਪੀਏ ਅੰਦਰ ਜਾ ਕੇ। ਆਪਾਂ ਜੀ ਓਨਰ ਨੇ ਰੈਸਟੋਰੈਂਟ ਦੇ, ਕਿੰਨਾ ਪੁਰਾਣਾ, ਕਿੰਨੀ ਦੇਰ ਹੋ ਗਈ, 12 ਸਾਲ। ਨਿਊਯਾਰਕ 'ਚ 6 ਮਹੀਨੇ ਬੰਦਾ ਸਰਵਾਈਵ ਨਹੀਂ ਕਰ ਸਕਦਾ ਜੇ ਤੁਹਾਡੇ ਕੋਲ ਕੁਆਲਿਟੀ ਜਾਂ ਫਿਰ ਤੁਹਾਡੇ ਕੋਲ ਇੱਦਾਂ ਦਾ ਯੂ ਨੋ ਤੁਸੀਂ ਕਿ ਤੁਸੀਂ ਵਧੀਆ ਨਹੀਂ ਹੈ। ਲੋਕਾਂ ਇੰਨੇ ਆਪਸ਼ਨ ਨਹੀਂ ਤੇ ਫੂਡ ਦੇ, ਬੰਦ ਹੋ ਜਾਂਦਾ ਕੰਮ 6-7 ਮਹੀਨੇ ਬਾਅਦ, ਸਾਲ ਇੱਕ ਮੈਕਸੀਮਮ, ਦੈਟਸ ਇਟ, ਔਰ ਬਾਅਦ ਕੰਮ ਬੰਦ। ਜੇ ਤੁਹਾਨੂੰ ਕੁਆਲਿਟੀ ਅਤੇ ਕੁਆਂਟਿਟੀ ਅਤੇ ਸਰਵਿਸ ਵਧੀਆ ਪ੍ਰੋਵਾਈਡ ਕਰ ਰਹੇ ਹੋ ਤਾਂ ਹੀ ਇੱਥੇ ਸਰਵਾਈਵ। ਕਿੰਨੇ ਭਾਜੀ ਜਿੰਨਾ ਇੱਥੇ ਫੂਡ ਦਾ ਕੰਮ ਹੈ, ਇੱਥੇ ਸਰਵਾਈਵ ਕਰਨਾ ਕਿੰਨਾ ਔਖਾ, ਮਤਲਬ ਅਲੀਟ ਬੰਦੇ ਸਰਵਾਈਵ ਕਰ ਪਾਉਣਗੇ। ਜੇ ਕੋਈ ਜਾਲੀ ਜਿਹਾ ਬੰਦਾ ਉਹਦੇ ਚੱਕ ਕੇ ਬਾਹਰ ਮਾਰਦੇ, ਕਹਿੰਦੇ ਮੁੜ ਕੇ ਨਹੀਂ ਆਉਂਦੇ। ਬਿਲਕੁਲ ਬਿਲਕੁਲ, ਪੰਜਾਬੀ ਪੈਗ ਤੋਂ ਬਿਨਾਂ ਨਹੀਂ ਰਹਿ ਸਕਦੇ, ਪੰਜਾਬੀ ਨਹੀਂ ਰਹਿ ਸਕਦੇ ਆਪਣੇ। ਨਿੰਬੂ ਪਾਣੀ ਵਾਲੇ ਆਪਾਂ ਹੀ ਹਾਂ ਮਹਾਰਾਜ, ਹੈਂ ਅਗਲੇ ਦਿਨ ਕਹਿੰਦੇ ਅਗਲੇ ਦਿਨ ਪੀਤੇ ਵੋ ਨਿੰਬੂ ਪਾਣੀ ਹੈਂਗ ਓਵਰ ਉਤਾਰਨੇ ਕੇ ਲੀਏ। ਸਾਗ ਹੈ ਭਾਜੀ ਬਿਨਾਂ ਤੜਕੇ ਤੂੰ? ਹਾਂਜੀ ਬਿਨਾਂ ਤੜਕੇ। ਥੈਂਕ ਯੂ ਭਾਜੀ। ਚਿਕਨ ਟਿੱਕਾ ਹੈ, ਇੰਜੋਏ। ਥੈਂਕ ਯੂ ਭਾਜੀ। ਇਹ ਮਜ਼ਾ ਇਧਰ, ਇਹ ਦੇਖੋ ਬਿਨਾਂ ਓਇਲ ਕੇ ਮਿਲ ਸਾਰਾ ਕੁਛ ਹੀ ਜਾਂਦਾ, ਪੁੱਛਣਾ ਪੈਂਦਾ। ਐਵੇਂ ਮੇਰੇ ਕੋਲ ਕਲਾਇੰਟ ਆਉਂਦੇ, ਕਹਿੰਦੇ ਭਾਜੀ ਬਾਹਰ ਚੱਲ ਗਏ ਖਾਣ ਹੋ ਗਿਆ, ਬਰੋ ਖਾਓ। ਮੈਂ ਕਹਿੰਦਾ ਖਾਓ, ਉਹਨਾਂ ਕੋਲ ਚਿਕਨ ਪ੍ਰੈਸ ਤਾਂ ਦਿਓ। ਆਖੋ ਮੈਂ ਪੁੱਛਿਆ ਉਹਨਾਂ, ਚਿਕਨ ਪ੍ਰੈਸ ਦਿੱਤੀ ਬਿਨਾਂ ਤੇਲ ਤੋਂ ਦਿੱਤੀ, ਹੁਣ ਦਾਲ ਵੀ ਆਉਣੀ ਬਿਨਾਂ ਤੇਲ ਤੋਂ ਬਿਨਾਂ ਕਰੀਮ ਤੋਂ, ਸਾਗ ਵੀ ਆਉਣਾ ਬਿਨਾਂ ਤੇਲ ਤੋਂ ਬਿਨਾਂ ਕਰੀਮ ਤੋਂ, ਰਾਈਸ ਵੀ ਆਉਣੇ ਜੀ, ਸਭ ਕੁਛ ਹੀ ਆਉਂਦਾ। ਪੁੱਛਣਾ ਪੈਂਦਾ, ਗੱਲ ਕਰਨੀ ਪੈਂਦੀ, ਈਜ਼ੀ ਇਹ ਕੰਮ। ਐਵੇਂ ਸਾਨੂੰ ਲੱਗਦਾ ਰਹਿੰਦਾ, ਹਾਂ ਆਪਾਂ ਕਈਆਂ 'ਤੇ ਜਾਈਦਾ, ਕਈ ਕਹਿ ਦਿੰਦੇ ਕਿ ਇੱਦਾਂ ਨਹੀਂ ਹੁੰਦਾ, ਆਪਾਂ ਬਣਾ ਹੀ ਨਹੀਂ ਸਕਦੇ ਇੱਦਾਂ, ਪਰ ਤਾਂ ਹੀ ਮੈਂ ਇੱਥੇ ਆਉਂਦਾ ਕਿਤੇ ਬਣਾ ਦਿੰਦੇ। ਇੱਕ ਹੈ ਮੇਰੇ ਘਰ ਦੇ ਲਾਗੇ, 5 ਮਿੰਟ ਦੂਰ, ਅਤੇ ਜਦੋਂ ਮਨ ਕਰੇ ਆਪਾਂ ਲਿਆਓ ਮਹਾਰਾਜ ਦਾਲ ਜੀ। ਕੋਈ ਕਰੀਮ ਕਰੂਮ ਨਹੀਂ ਨਾ ਪਾਈ ਵਿੱਚ? ਧੰਨਵਾਦ ਮਹਾਰਾਜ। ਜਬ ਤੱਕ ਮੇਰੀ ਪਲੇਟ ਭਰੀ ਨਾ ਨਾ ਉਹ ਕਬੀਰ, ਮੈਂ ਮਜ਼ਾ ਹੀ ਨਹੀਂ ਆਤਾ ਖਾਣੇ ਮੈਂ। ਅਗਰ ਤੂੰ ਨਾ ਮਿਲੇ ਤਾਂ ਨਾ ਮਿਲੇ, ਕੋਈ ਚੱਕਰ ਨਹੀਂ। ਮੈਂ ਕਿਹਾ ਮੈਂ ਜਗ੍ਹਾ ਬਣਾ ਰਹਾ ਹੂੰ ਉਧਰ। ਬਾਏ ਦਾ ਵੇ, ਅਗਰ ਆਪਕੋ ਮੇਰੇ ਕੱਪੜੇ ਪਸੰਦ ਆਏ ਤਾਂ ਆਪ ਯੰਗ ਐਲ ਏ ਕੇ ਪੇਜ 'ਤੇ ਜਾ ਕੇ ਇਸਕੋ ਬਾਏ ਕਰ ਸਕਤੇ ਹੈ। ਕੋਡ ਹੈ ਵਿੱਕੀ BIKI। ਬਹੁਤ ਵਧੀਆ ਕੱਪੜੇ ਜੀ, ਬਹੁਤ ਵਧੀਆ। ਨਹੀਂ ਸੱਚੀ 'ਚ ਵਧੀਆ, ਐਵੇਂ ਕੋਈ ਗੱਲ ਨਹੀਂ ਆ। ਤੁਸੀਂ ਆਪ ਯੂਜ਼ ਕਰਕੇ ਦੇਖੋ, ਬਹੁਤ ਵਧੀਆ ਨੇ। ਹੱਥ ਨਾ ਖਾਓਗੇ
ज़्यादा खाधा जाता है, कभी भी नोट करो फूड खाना बड़ा ईजी होता तो ज़्यादा खाधा जाता है। एक ना मैंने चीज़ नोट की कबीर, जो हमारे बड़े थे ना बड़े बुजुर्ग, जो उन्होंने चीज़ें की थी ना वो उन्होंने बड़ी स्मार्टली चीज़ की थी। जब साइंस आ गई ना तो लोग ने पिछली सभी चीज़ें भूल गए, साइंस को मानने लगे। अभी साइंस वही प्रूव कर रही है जो बड़े करते थे कि वो बढ़िया करते थे, तो अभी साइंस भी वही करवा रही, समझ रहे थे चीज़ों को, कि वो उन्होंने जो ऑलरेडी कर लिया था वो साइंस अभी बोल रही कि ये ठीक है। जब हम छोटे होते थे तो कई चीज़ें हमें खानी पसंद नहीं होती थी कि ये बैंगन नहीं खाऊंगा, ये नहीं खाऊँ, बड़े हो के ऐसे होता कि बैंगन भी दो, ये कैसे चेंज कैसे आ जाती, मुझे ये समझ नहीं आती। मैंने छोटे होते साग ऐसा था कि साग मैं नहीं खाऊंगा। यहाँ पे देखो तो गोरे भी बैठ के एंजॉय कर रहे हैं अपना खाना, और उन्हें पता था हमने क्या ऑर्डर किया है। लो भाई थैंक यू। जलजीरा कहते कहते ये इधर की स्पेशलिटी है। सच में एक और पैसा बताऊं, बंदा फोन नहीं यूज कर सकता है। अच्छी बात है, दिमाग इधर लगेगा सारा खाने अच्छी में। बात है, और सच में ऐसे ही चाहिए जब हम कुछ हाँ फोकस होना चाहिए खाने पे। ब्रो इवन कार्डियो, लोग फोन मुझे नहीं मालूम कैसे यूज कर लेते कार्डियो करते हुए। कार्डियो करने में भी ब्रो दिमाग लगता है कि कौन सा मसल यूज हो रहा है, कहाँ पे जोर लेके आना, ग्लूट्स हैमस्ट्रिंग डिसेंड है। मेडिटेशन है एक किस्म का ब्रो, खाना खाना भी उसको फोकस करना। ये देख अभी कोई फोन नहीं यूज कर रहा, कोई कुछ नहीं, मैंने हो गए नहीं हाथ गंदे, कैसे होगा फोन यूज। वेट लॉस का एक हैक होता है कि अपने खाने पे ध्यान दो, टीवी मत देखो, वो दिमाग पे वो रजिस्टर होना चाहिए कि खाने खा रहे हो। पीपल डोंट बिलीव दिस इन दीज थिंग्स। तूने अपनी अपनी हेल्थ बढ़िया करनी ना, यू डोंट नीड एनी मेडिसिन। सच में फूड फूड करेक्ट कर, देखा कितना जलता है। लोग अभी जल्दी भी वीकडे पे आ रहे हैं, वीकेंड थोड़ी ना, अभी तो लंच टाइम शुरू हो रहा है। बफे ये मेरा फेवरेट है, बफे चीट मिल करनी हो ना, बफे है भी सस्ते, इतना महंगा भी नहीं, महंगा भी नहीं, मीठा भी सब कुछ बीच में आएगा। लेकिन जब डाइटिंग करते हो फिर बफे की तरफ मत जाओ, फिर बंदे को होता है पैसे लगाए पे आए तो सारा कुछ खाओ। गेनिंग पे तो बेस्ट है। हाँ जी कितना लगी वीडियो दस्यो, सब्सक्राइब करो, लाइक करो, कमेंट करो, तो दस्यो अगली वीडियो केड़ी बनाएगी। तो सो दैट वॉज इट, होप कि तुम्हें पसंद आई हो, तो जल्दी करांगे आप नेक्स्ट वीडियो शूट।